ਨਾਮ ਹੈ ਜੀ ਤੁਹਾਡਾ ਗੁਲਾਮ ਨਬੀ ਜੀ ਗੁਲਾਮ ਨਬੀ ਕਿਧੂ ਆਂਦੇ ਪੈਸੇ ਜੀ ਅਸੀਂ ਜੀ ਬਾਰੇ ਕੁਪਲਾਂ ਤੋਂ ਆਂਦੇ ਹਾਂ ਬਾਰੇ ਕੀ ਪੁਲਾਂ ਦੇ ਵਿੱਚ ਵਾਰੇ ਸੀ ਜੀ ਤੇ ਨਾਲ ਤੁਹਾਡੇ ਕੋਲ ਕੌਣ ਹੈ ਦੂਸਰਾ ਕੀ ਨਾਮ ਹੈ ਤੁਹਾਡਾ ਨਾਮ ਸਾਬਰੇ ਜੀ ਤੁਹਾਡਾ ਨਾਮ ਸਾਬਰੇ ਹੈ ਬਾਰੇ ਕੀ ਪੁਲਾਂ ਤੇ ਕੀ ਕਰਦੇ ਜੇ ਠੀਕ ਹੈ ਵਾਪਸ ਆਣ ਤੇ ਜਾਂਦੇ ਕਿੱਥੇ ਪਏ ਜਾਂਦੇ ਪੈਸੇ ਮਾਲੀਪੁਰ ਆਦੇ ਕਰੇ ਮਾਲੀਪੁਰੇ ਜਾ ਰਹੇ ਠੀਕ ਤੇ ਕਿਵੇਂ ਦੋ ਆਪਣਾ ਕਿਵੇਂ ਡਕੀਟੀ ਹੋਈ ਤੁਹਾਡੇ ਨਾਲ ਕੀ ਉਹਨਾਂ ਨੇ ਆ ਕੇ ਤੁਹਾਨੂੰ ਸਨ ਮੋਟਰਸਾਈਕਲ ਤੇ ਠੀਕ ਹੈ ਕੋਲ ਉਹਨਾਂ ਦੇ ਪਿਸਤੌਲ ਸੀ ਅੱਛਾ ਉਹਨਾਂ ਨੇ ਸਾਨੂੰ ਕਿਹਾ ਬੀ ਰੁਕੋ ਹਾਂ ਰੁਕੇ ਉਹਨਾਂ ਨੇ ਸਾਨੂੰ ਧੱਕਾ ਜਿਹਾ ਲਾਇਆ ਦੱਕਾ ਦਿੱਤੇ ਨਾ ਤੁਸੀਂ ਥੱਲੇ ਡਿੱਗ ਪਏ ਫਿਰ ਆ ਕੇ ਉਹਨਾਂ ਨੂੰ ਉੱਤੇ ਤੁਹਾਡੇ ਪਿਸਤਲ ਖੜਾ ਕਰਤਾ ਹਾਂ ਜੋਂ ਨਾਲ ਫੇਰ ਮਾਰਨੇ ਤੇ ਤੁਹਾਡੇ ਕੋਲ ਕੀ ਐਸੀ ਚੀਜ਼ ਹੈ ਜਿਹੜੀ ਜਿਹੜੀ ਲੈ ਕੇ ਗਏ ਪੈਸੇ ਮੋਬਾਈਲ ਆ ਗਿਆ ਜੀ ਤੇ ਕੋਈ 2000 ਰੁਪਏ ਅੱਛਾ ਤੇ 20000 ਰੁਪਏਤ ਨਾਲ ਇੱਕ ਮੋਬਾਈਲ ਤੁਹਾਡਾ ਲੈ ਗਏ ਹਾਂ ਜੀ ਤੁਸੀਂ ਵੇਖ ਰਹੇ ਹੋ ਜੀ ਇਹ ਆਪਣਾ ਜਾਲ ਦੇ ਕੋੜ ਅਸਾਂ ਖਲੋਤੇ ਆਂ ਚੰਮਨ ਪੰਪ ਦੇ ਨਾਲ ਔਰ ਦੋ ਤਿੰਨ ਦਿਨ ਪਹਿਲੇ ਵੀ ਅਸਾਂ ਵੇਖਿਆ ਕਿ ਕੱਲ ਕੱਲ ਦੀ ਗੱਲ ਹੈ ਭਾਈ ਅਮਦਦ ਸ਼ਾਹ ਦੀ ਵੀ ਡਕੀਟੀ ਹੋਈ ਹੈ ਔਰ ਇਹ ਦੂਸਰੀ ਡਕੀਟੀ ਆ ਹੁਣ ਜਿਹੜੀ ਦੋਨੋਂ ਵਿਖਾਈ ਜਾ ਰਹੀ ਹੈ ਇਹ ਵੀ ਇਹ ਉਸ ਸੂਰਤੇ ਵਾਲ ਦੇ ਵਿੱਚ ਪਾਈ ਜਾਵੇ ਔਰ ਇਹ ਵੀ ਡਕੇਟੀ ਇਹਨਾਂ ਦੇ ਨਾਲ ਜ਼ਿਆਤੀ ਹੋਗੀ ਵਿਚਾਰੇ ਗਰੀਬ ਆਦਮੀ ਔਰ ਰਾਏ ਸਾਹਿਬ ਇਥੇ ਚਮਨ ਹੋਟਲ ਤੇ ਬੈਠੇ ਸੀ ਅਸੀਂ ਵੀ ਸਾਰੇ ਉੱਥੇ ਮੌਜੂਦ ਆਏ ਔਰ ਸਾਡੇ ਕੋਲ ਰੋਂਦੇ ਰੋਂਦੇ ਬੱਚੇ ਆਏ ਨੇ ਅਸਾ 15 ਤੇ ਕਾਲ ਕਰ ਦਿੱਤੀ ਅੱਲਾਹ ਤਾਲਾ ਖੈਰ ਕਰੇ ਜੀ ਔਰ ਇਹ ਜਿਹੜਾ ਡਕੇਟੀਆਂ ਦਾ ਸਿਲਸਲਾ ਹੋ ਰਿਹਾ ਹੈ ਇਹਨੂੰ ਥੰਮਣ ਵਾਸਤੇ ਇਹਨੂੰ ਰੋਕਣ ਵਾਸਤੇ ਜੀ ਆਪਾਂ ਸਾਰੇ ਸ਼ਹਿਰਦਾਰ ਨੂੰ ਰਲ ਮਿਲ ਕੇ ਜਦੋਜਹਿਦ ਕਰਨੀ ਪੈਗੇ ਜੀ ਅਸਲਾਮ